ਪੰਜਾਬ ਸਰਕਾਰ ਮੁਰਦਾਬਾਦ। ਅਪ੍ਰੈਲ ਦੀਆਂ ਤਨਖਾਹਾਂ ਜਾਰੀ ਕਰੋ। ਪੰਜਾਬ ਨੂੰ ਲੁੱਟ ਕੇ ਖਾ ਗਏ ਹਾਏ ਹਾਏ, ਜੰਗਲਾਂ ਨੂੰ ਲੁੱਟ ਕੇ ਖਾ ਗਏ ਹਾਏ ਹਾਏ, ਪਟਿਆਲਾ ਰੇਂਜ ਅਫਸਰ ਮੁਰਦਾਬਾਦ, ਚੋਰ ਅਫਸਰ ਮੁਰਦਾਬਾਦ, ਪਟਿਆਲਾ ਰੇਂਜ ਅਫਸਰ ਹਾਏ ਹਾਏ, ਪਟਿਆਲਾ ਰੇਂਜ ਅਫਸਰ ਕਰਦਾ ਕੀ, ਚੋਰ ਅਫਸਰ ਮੁਰਦਾਬਾਦ, ਜੰਗਲਾਤ ਕਾਮਾਂ ਲਲਕਾਰ ਦਾ, ਜੰਗਲਾਤ ਕਾਮਾਂ ਲਲਕਾਰ ਦਾ, ਆਤਮਾਂ ਦੀ ਸਰਕਾਰ ਮੁਰਦਾਬਾਦ, ਕੱਚੇ ਕਾਂਦੇ ਪੱਕੇ ਕਰੋ, ਲਾਰਾ ਲੱਪਾ ਨਹੀਂ ਚਲੇਗਾ, ਚੋਰ ਬਜ਼ਾਰੀ ਨਹੀਂ ਚਲੇਗੀ। 30-30 ਸਾਲ ਹੋ ਗਏ ਜਿਨ੍ਹਾਂ ਦੀਆਂ ਉਮਰਾਂ ਬੀਤ ਗਈਆਂ, ਬਹੁਤ ਸਾਰੇ ਜਿਹੜੇ ਕੰਮ ਹੈ ਪਹਿਲਾਂ ਪਿਛਲੀਆਂ ਸਰਕਾਰਾਂ ਨੇ ਲੁੱਟਿਆ ਅਤੇ ਕੁੱਟਿਆ, ਤਾਂ ਹੁਣ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ, ਇਹ ਕਹਿੰਦੇ ਸੀ ਅਸੀਂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦੇਵਾਂਗੇ, ਪਰ ਜੰਗਲਾਤ ਦਾ ਕੰਮ ਇੱਕ ਵੀ ਪੱਕਾ ਨਹੀਂ ਕੀਤਾ ਗਿਆ। ਸ਼ਰਮ ਦੀ ਗੱਲ ਹੈ, ਐਡੀ ਬਸ਼ਰਮ ਸਰਕਾਰ ਹੈ ਜਿਨ੍ਹਾਂ ਨੇ ਜੰਗਲਾਤ ਵਿਭਾਗ ਦੇ ਕੰਮਾਂ ਦਾ ਵੱਡੇ ਪੱਧਰ 'ਤੇ ਕਾਣ ਕੀਤਾ ਜਾ ਰਿਹਾ। ਜਿਹੜੀਆਂ ਆਈਆਂ ਸਕੀਮਾਂ, ਜਿਹੜੀਆਂ ਆਈ ਨਰੇਗਾ ਸਕੀਮ ਦੇ ਕੰਮ ਹੈ, ਉਹ ਪਿੰਡਾਂ ਦੇ ਲੋਕਾਂ ਦਾ ਕੰਮ ਹੈ, ਇਹ ਜੰਗਲਾਤ ਦੇ ਕੰਮਾਂ ਦਾ ਕੰਮ ਨਹੀਂ। ਇੱਕ ਪਾਸੇ ਦਾ ਕਹਿੰਦੀ ਹੈ ਸਰਕਾਰ ਅਸੀਂ ਬੱਚਿਆਂ ਨੂੰ ਬਾਹਰ ਨਹੀਂ ਜਾਣ ਦੇਵਾਂਗੇ, ਇੱਕ ਪਾਸੇ ਅਰਥ ਦੀ ਮਹਿੰਗਾਈ ਕਾਰਨ ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਇਹ ਜਿਹੜੀ ਪੰਜਾਬ ਦੀ ਸਰਕਾਰ ਹੈ, ਇਹ ਕਹਿੰਦੇ 20-25 ਸਾਲ ਤੋਂ ਕੰਮ ਕਰਦੇ ਜੰਗਲਾਤ ਦੇ ਕੰਮਾਂ ਤੋਂ ਨਰੇਗਾ ਦਾ ਕੰਮ ਲਿਆ ਜਾਵੇ। ਅਸੀਂ ਡਟਮਾ ਵਿਰੋਧ ਕਰਾਂਗੇ, ਅਸੀਂ ਇਸ ਸਰਕਾਰ ਦਾ ਜਿਹੜਾ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਇਹਨਾਂ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ। ਪਬਲਿਕ ਦੇ ਨਾਲ, ਲੋਕਾਂ ਦੇ ਨਾਲ, ਬੱਚਿਆਂ ਦੇ ਨਾਲ ਬਹਿਦੇ ਕਰਕੇ ਇੱਕ ਵੀ ਕੰਮ ਆ ਜੰਗਲਾਤ ਦਾ ਪੱਕਾ ਨਹੀਂ ਕੀਤਾ ਗਿਆ। ਜੰਗਲਾਤ ਵਿਭਾਗ ਦੇ ਕੰਮ ਇਹ ਹੈ, ਦਰ ਦਰ 'ਤੇ ਧੱਕੇ ਖਾਂਦੇ ਫਿਰਦੇ ਹੈ, ਅੱਧੇ ਦਾ ਵਿਚਾਰੇ ਰੱਬ ਨੂੰ ਪਿਆਰੇ ਹੋ ਗਏ, ਅੱਧਿਆਂ ਦਾ ਕੁਛ ਸਮਾਂ ਘੱਟ ਰਹਿ ਗਿਆ, ਪਰ ਸਰਕਾਰ ਤੋਂ ਸਰਕਾਰ ਦੀ ਜਿਹੜੇ ਲਾਰੇਬਾਜ਼ੀ ਹੈ ਉਹ ਅੱਜ ਤੱਕ ਖਤਮ ਨਹੀਂ ਹੋਈ। ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ, ਜੇਕਰ ਸਾਡੇ ਜੰਗਲਾਤ ਦੇ ਕੰਮਾਂ ਦਾ ਕੰਮ ਖੋਇਆ ਤਾਂ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਤੁਹਾਨੂੰ ਸਭ ਕੁਛ ਕਹਾਂਗੇ। ਡਾਕਟਰ ਬਲਵੀਰ ਨੇ ਸਾਡੇ ਪਟਿਆਲੇ ਬਲਾਕ ਦੇ ਵਿੱਚ ਵੱਡਾ ਕਾਂਡ ਕੀਤਾ, ਸਿਹਤ ਵਿਭਾਗ ਦਾ ਵੱਡਾ ਕਾਂਡ ਕੀਤਾ। ਅਸੀਂ ਦੇਖਿਆ, ਮੈਂ ਪਿੱਛੇ ਆਪਣਾ ਇੱਕ ਪੋਤਾ ਦਾਬੀ ਹੈ, ਉਹ ਵੀ ਫ੍ਰੀ ਨਹੀਂ ਦਿੱਤੀ ਗਈ। ਇਹ ਜਿਹੜੇ ਕਹਿੰਦੇ ਹੈ ਅਸੀਂ ਦਵਾਈਆਂ ਫ੍ਰੀ ਦੇਵਾਂਗੇ, ਇੱਕ ਵੀ ਗੋਲੀ ਨਾ ਕੋਈ ਡੱਬੀ ਟੈਸਟ ਵਾਲੀ ਹੈ, ਉਹ ਵੀ ਸਾਨੂੰ ਦੁਕਾਨ ਤੋਂ ਮੁੱਲ ਲੈਣੀ ਪਈ ਹੈ। ਇਹ ਜਿਹੜੀ ਲਾਰੇਬਾਜ਼ੀ ਹੈ, ਜਿਹੜਾ ਸਿਹਤ ਵਿਭਾਗ ਦਾ ਮੰਤਰੀ ਹੈ ਡਾਕਟਰ ਬਲਵੀਰ ਹੈ, ਉਹਨੇ ਪੰਜਾਬ ਦਾ ਵੱਡੇ ਪੱਧਰ 'ਤੇ ਘਾਣ ਕੀਤਾ। ਇਹਦੀ ਇਨਕੁਆਇਰੀ ਕਰਕੇ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਸਾਡੇ ਜੰਗਲਾਤ ਦੇ ਕੰਮਾਂ ਦਾ ਵੱਡਾ ਕਾਂਡ ਕੀਤਾ ਗਿਆ। ਅਸੀਂ ਇਹ ਵੀ ਗੱਲ ਕਹੀ ਸੀ ਤੁਸੀਂ ਇਨਸਾਫ ਦਵਾਓ ਸਾਡੀਆਂ ਬੀਬੀਆਂ ਨੂੰ, ਜਿਨ੍ਹਾਂ ਦੇ ਚਾਰ ਚਾਰ ਬੱਚੇ, ਛੋਟੀ ਛੋਟੀਆਂ ਲੜਕੀਆਂ, ਉਹਨਾਂ ਨੂੰ ਕੰਮ ਨਹੀਂ ਦਵਾ ਸਕਿਆ। ਇਸ ਤੋਂ ਵੱਡਾ ਕੀ ਜ਼ੁਲਮ ਹੈ
ਜਿਨ੍ਹਾਂ ਨੇ ਪੱਲਾ ਅੱਡ ਕੇ ਵੋਟਾਂ ਪਾਈਆਂ। ਲੋਕਾਂ ਨੇ ਇਹ ਵੀ ਕਿਹਾ ਸੀ ਵੀ ਅਸੀਂ ਬਦਲਾਅ ਲਿਆਵਾਂਗੇ, ਇਹ ਬਦਲਾਅ ਦਾ ਸਾਨੂੰ ਇਹ ਨਤੀਜਾ ਮਿਲਿਆ। ਸਾਡੇ ਜੰਗਲਾਤ ਦੇ ਕੰਮ ਹੈ, ਜੇਕਰ ਕ੍ਰਿਸ਼ਨ ਕੁਮਾਰ ਸੈਕਟਰੀ ਨੇ ਇਹਨਾਂ ਨੀਤੀਆਂ ਨੂੰ ਵਾਪਸ ਨਾ ਲਿਆ, ਸਾਡੇ ਕੰਮ ਖੋਣ ਤੋਂ ਬੰਦ ਨਾ ਹੋਇਆ, ਤਾਂ ਅਸੀਂ ਸਰਕਾਰ ਨੂੰ ਸਬਕ ਸਿਖਾਵਾਂਗੇ। ਸਤਿਕਾਰਯੋਗ ਸਾਥੀਓ, ਭਗਵੰਤ ਮਾਨ ਦੀ ਸਰਕਾਰ ਨੂੰ ਅਸੀਂ ਚੰਗੀ ਤਰ੍ਹਾਂ ਸਬਕ ਸਿਖਾਵਾਂਗੇ। ਜਿਹੜਾ ਪੰਜਾਬ ਦੇ ਅੰਦਰ ਕੋਈ ਫਰਨੀਚਰ ਦਾ ਕੰਮ ਕਰਦਾ ਸੀ, ਕੋਈ ਦਿਹਾੜੀ ਦਾ ਕੰਮ ਕਰਦਾ ਸੀ, ਅਸੀਂ ਘਰ ਬੈਠਿਆਂ ਨੂੰ MLA ਬਣਾਇਆ, ਜਿਨ੍ਹਾਂ ਨੇ ਸਾਡਾ ਵੱਡੇ ਪੱਧਰ 'ਤੇ ਕਹਾਣ ਕੀਤਾ ਜਾ ਰਿਹਾ। ਜਿਹੜਾ ਪੰਜਾਬ ਦਾ ਰਕਬਾ ਵਧਾਉਣਾ ਬਣਦਾ, ਸਾਡੀ ਅਫਸਰ ਸਾਹੀ ਬੈਠੀ ਹੈ, ਕਿਤੇ ਮਿਣਤੀਆਂ ਨਹੀਂ ਕਰਾਉਂਦੀ। ਸੂਏ ਨਹਿਰਾਂ ਰਜਵਾਇਆਂ 'ਤੇ ਅੱਗਾਂ ਨਾਲ ਸੜ ਕੇ ਬੂਟੇ ਸਵਾਹ ਹੋ ਗਏ। ਪਰ ਸਤਿਕਾਰਯੋਗ ਸਾਥੀਓ, ਇਹ ਜਿਹੜੇ ਕਹਿੰਦੇ ਨਿਕੰਮ ਨਰੇਗਾ ਤੋਂ ਲੈਣਾ, ਨਰੇਗਾ ਵਰਕਰ ਕੀ ਪਲਾਂਟੇਸ਼ਨਾਂ ਪਾਲਣਗੇ, ਪਿੱਛੇ ਅਸੀਂ ਬੂਟੇ ਤਿਆਰ ਕਰਦੇ ਹਾਂ, ਜਿੰਨੇ ਲਿੰਕ ਰੋਡਾਂ 'ਤੇ ਬੂਟੇ ਲਾਏ, ਨਰੇਗਾ ਦੇ ਬੂਟਿਆਂ ਦਾ ਕਿੰਨਾ ਕਾਂਡ ਕੀਤਾ ਗਿਆ। ਜਿਹੜੇ ਸਾਡੇ ਅਸੀਂ ਵਣ ਭਾਗ ਦੇ ਕੰਮ ਏ, ਪਲਾਂਟੇਸ਼ਨਾਂ ਲਵਾਉਂਦੇ ਹਾਂ, ਅਸੀਂ ਬੂਟੇ ਤਿਆਰ ਕਰਦੇ ਹਾਂ, ਅਸੀਂ ਪਾਲ ਪੋਸ਼ਣ ਕਰਦੇ ਹਾਂ, ਪਬਲਿਕ ਅਫਸਰ ਸਾਈ ਸਾਤੋਂ ਡਰਦੇ ਨੇ, ਕਿਉਂਕਿ ਬੂਟੇ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਦੇ ਵਾਸਤੇ, ਆਉਣ ਵਾਸਤੇ ਇਨਸਾਨ ਦੇ ਵਾਸਤੇ ਜਿਹੜਾ ਬਹੁਤ ਵੱਡਾ ਇਸਦਾ ਫਾਇਦਾ ਹੋਏਗਾ, ਵਾਤਾਵਰਨ ਦਾ ਸੁਧਾਰ ਹੋਏਗਾ। ਸਤਿਕਾਰਯੋਗ ਸਾਥੀਓ, ਜੇ ਕ੍ਰਿਸ਼ਨ ਕੁਮਾਰ ਨੇ ਇਹੋ ਜਿਹੀਆਂ ਨੀਤੀਆਂ ਨਾ ਵਾਪਸ ਲਈਆਂ, ਭਗਵੰਤ ਮਾਨ ਦੀ ਸਰਕਾਰ ਨੇ, ਅਸੀਂ ਪੂਰੀ ਜ਼ੋਰ ਸ਼ਬਦਾਂ 'ਚ ਗੱਲ ਕਰਦੇ ਹਾਂ ਵੀ ਜੇਕਰ ਭਗਵੰਤ ਮਾਨ ਦੀ ਸਰਕਾਰ ਨੇ ਸਾਡਾ ਰਜਕਾਰ ਖੋਇਆ, ਤਾਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਸਬਕ ਸਿਖਾਵਾਂਗੇ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ।